ਆਂਗਨਵਾੜੀ ਮੁਲਾਜ਼ਮਾਂ ਵੱਲੋਂ ਕੇਰਲਾ ਹੜ੍ਹ ਪੀੜਤਾਂ ਦੀ ਮਦਦ ਲਈ ਘਰ ਘਰ ਜਾ ਕੇ ਪੈਸੇ ਇਕੱਠੇ ਕੀਤੇ ਗਏ ਅਤੇ ਜਦੋਂ ਉਹ ਇਹ ਮਦਦ ਰਕਮ ਜਮ੍ਹਾਂ ਕਰਵਾਉਣ ਲਈ ਭਾਰਤੀ ਸਟੇਟ ਬੈਂਕ ਗਏ ਤਾਂ ਬੈਂਕ ਵਾਲਿਆਂ ਨੇ ਉਹ ਪੈਸੇ ਜਮ੍ਹਾਂ ਕਰਨ ਤੋਂ ਮਨ੍ਹਾ ਕਰ ਦਿੱਤਾ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਆਂਗਨਵਾੜੀ ਮੁਲਾਜ਼ਮਾਂ ਨੇ ਦੱਸਿਆ ਕਿ ਜਦੋਂ ਉਹ 1 ਵਜੇ ਦੇ ਕਰੀਬ ਪੈਸੇ ਜਮ੍ਹਾਂ ਕਰਵਾਉਣ ਲਈ ਬੈਂਕ ਆਏ ਜਿੱਥੇ ਉਹਨਾਂ ਨਾਲ ਮਾੜਾ ਵਿਵਹਾਰ ਕੀਤਾ ਗਿਆ ਕਿ ਪੈਸੇ ਜਮ੍ਹਾਂ ਨਹੀਂ ਹੋਣੇ, ਜਿਸ ਦਾ ਬਹਾਨਾ ਬੈਂਕ ਮੁਲਾਜ਼ਮਾਂ ਵੱਲੋਂ ਛੋਟੇ ਨੋਟ ਹੋਣਾ ਦੱਸਿਆ ਗਿਆ ਹੈ। ਮਲੇਰਕੋਟਲਾ ਦੇ ਵਿੱਚ 2 ਦਿਨ ਤੋਂ ਅਸੀਂ ਕੇਰਲਾ ਦੇ ਹੜ੍ਹ ਪੀੜਤਾਂ ਲਈ ਰਾਹਤ ਫੰਡ ਇਕੱਠਾ ਕਰ ਰਹੇ ਸੀ। ਅਸੀਂ 2 ਦਿਨ ਲਗਾ ਕੇ ਪਿੰਡਾਂ ਦੇ ਵਿੱਚੋਂ ਅਤੇ ਮਲੇਰਕੋਟਲੇ ਦੇ ਵਿੱਚੋਂ ਅਸੀਂ 50,000 ਰੁਪਈਆ ਇਕੱਠਾ ਕੀਤਾ, ਜਿਹਦੇ ਕਰਕੇ ਅਸੀਂ SBI ਦੇ ਵਿੱਚ ਅੱਜ 1 ਵਜੇ ਪਹੁੰਚ ਗਏ ਤਾਂ ਕਿ ਅਸੀਂ ਅਕਾਊਂਟ ਵਿੱਚ ਪੈਸਾ ਜਮ੍ਹਾਂ ਕਰਵਾ ਦਈਏ ਕੇਰਲਾ ਦੇ। ਪਰ ਜਦੋਂ ਅਸੀਂ ਇੱਥੇ ਆਏ, ਸਾਡੇ ਬਾਰ ਬਾਰ ਮਿੰਨਤਾਂ ਕਰਨ 'ਤੇ ਵੀ ਇਹਨਾਂ ਨੇ ਅਕਾਊਂਟ ਵਿੱਚ ਪੈਸੇ ਟ੍ਰਾਂਸਫਰ ਨਹੀਂ ਕਰਵਾਏ ਅਤੇ ਸਾਨੂੰ ਬਾਰ ਬਾਰ ਲਾਰੇ ਲਾਈ ਗਏ ਨੇ ਕਿ ਇਹ ਤਾਂ ਇਹ ਅਕਾਊਂਟ ਵਿੱਚ ਪੈਸੇ ਜਮ੍ਹਾਂ ਨਹੀਂ ਹੁੰਦੇ ਜਾਂ ਇਹ ਅਕਾਊਂਟ ਵਿੱਚ ਪੈਸਿਆਂ ਦੀ ਲਿਮਿਟ ਹੈ। ਜਦੋਂ ਅਸੀਂ ਪਤਾ ਕਰਕੇ ਦੱਸਿਆ ਇਹਨਾਂ ਨੂੰ, ਅਸੀਂ ਕਿਹਾ ਵੀ ਇਸ ਅਕਾਊਂਟ ਵਿੱਚ ਤਾਂ 1,00,000 ਰੁਪਈਆ ਰੋਜ਼ ਦਾ ਜਮ੍ਹਾਂ ਹੁੰਦਾ ਤਾਂ ਇਸ ਅਕਾਊਂਟ ਦੀ ਲਿਮਿਟ ਕਿਵੇਂ ਹੋ ਸਕਦੀ ਹੈ? ਤਾਂ ਇਹ ਕਹਿੰਦੇ ਸਾਨੂੰ ਨਹੀਂ ਇਸ ਗੱਲ ਦਾ ਪਤਾ, ਬਸ ਇਸ ਅਕਾਊਂਟ ਦੀ ਲਿਮਿਟ ਹੈ 25,000 ਤੋਂ 1,20,000 ਰੁਪਈਆ, ਅਸੀਂ ਜ਼ਿਆਦਾ ਨਹੀਂ ਕਰ ਸਕਦੇ। ਫਿਰ ਅਸੀਂ 25,000 ਤੋਂ ਘੱਟ ਕਿਹਾ ਵੀ ਘੱਟ ਕਰ ਦਿਓ, 50,000 ਨਹੀਂ ਕਰ ਸਕਦੇ ਅਸੀਂ, 25-25 ਦੋ ਵਾਰ ਕਰਵਾ ਦਿੰਦੇ ਹਾਂ। ਅਤੇ ਕਹਿੰਦੇ ਬਾਹਰ ਮਸ਼ੀਨ ਵਿੱਚ ਕਰਵਾ ਦਿਓ। ਸਾਡੇ ਕੋਲ ਦੇਖੋ ਲੋਕਾਂ ਵੱਲੋਂ ਪੈਸੇ ਇਕੱਠੇ ਹੋਏ ਸੀ, 10-10 ਦੇ ਨੋਟ, 20-20 ਦੇ ਨੋਟ ਵੀ ਸੀ, ਪਰ ਮਸ਼ੀਨ ਦੇ ਵਿੱਚ 10-10, 20-20 ਦੇ ਜਾਂ 50 ਦੇ ਨੋਟ ਨਹੀਂ ਜਾਂਦੇ। ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਪੈਸੇ ਚੇਂਜ ਕਰ ਦਿਓ, ਤਾਂ ਇਹਨਾਂ ਨੇ ਕਿਹਾ ਕਿ ਤੁਸੀਂ ਚੇਂਜ ਕਰ ਲਓ। ਜਦੋਂ ਅਸੀਂ ਚੇਂਜ ਕਰਨ ਲਈ ਪੈਸੇ ਗਏ ਤਾਂ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਪੈਸੇ ਚੇਂਜ ਕਰਨ ਦਾ। ਅਸੀਂ ਨਾਲੇ ਇੱਥੇ ਜੈਨ ਸਵੀਟਸ ਵਾਲਿਆਂ ਦੇ ਜਾ ਕੇ ਅਸੀਂ ਨੋਟ ਚੇਂਜ ਕਰਕੇ ਆਏ ਹਾਂ, ਤੁਸੀਂ ਪੁੱਛ ਵੀ ਸਕਦੇ ਹੋ। ਅਸੀਂ ਉੱਥੇ ਪੈਸੇ 4,000 ਚੇਂਜ ਕੀਤਾ ਅਤੇ ਚੇਂਜ ਕਰਕੇ ਵੀ ਅਸੀਂ ਆ ਗਏ, ਪਰ ਇਹਨਾਂ ਨੇ ਸਾਨੂੰ ਵਾਰ ਵਾਰ, ਅਸੀਂ ਹੋਰ ਵੀ ਸਲਿਪਸ ਵੀ ਦਿਖਾਈਆਂ ਜਿਹੜੇ ਸਾਡੇ ਨਾਲ ਦਿਆਂ ਨੇ ਹੋਰ ਸ਼ਹਿਰਾਂ ਦੇ ਵਿੱਚੋਂ ਪੈਸੇ ਅੱਜ ਹੀ ਜਮ੍ਹਾਂ ਹੋਏ ਨੇ ਸਾਡੇ, ਉਹ ਦਿਖਾਉਣ ਦੇ ਬਾਵਜੂਦ ਵੀ ਸਾਨੂੰ ਇਹ ਕੋਈ ਰਾਹ ਨਹੀਂ ਦਿੱਤਾ ਇਹਨਾਂ ਨੇ। ਮਾੜੀ ਗੱਲ ਆ ਜੀ, ਅਤੇ ਇਹ ਸਾਡੇ ਲਈ ਬਹੁਤ ਮਾੜੀ ਗੱਲ ਹੈ ਕਿ ਅਸੀਂ ਡੋਰ ਟੂ ਡੋਰ ਜਾ ਕੇ ਪਿੰਡਾਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਅਸੀਂ ਬੜੀ ਮਿਹਨਤ ਨਾਲ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਇੱਕ ਇਨਸਾਨੀਅਤ ਦੇ ਨਾਤੇ ਅਸੀਂ ਪੈਸੇ ਇਕੱਠੇ ਕੀਤੇ ਨੇ, ਪਰ ਇਹਨਾਂ ਨੇ ਮਤਲਬ ਇਹ ਨਹੀਂ ਸੋਚਿਆ ਕਿ ਅਸੀਂ ਇੱਥੇ ਪੈਸੇ ਇਕੱਠੇ ਕਰਕੇ ਇੱਥੇ ਅਕਾਊਂਟ ਵਿੱਚ ਜਮ੍ਹਾਂ ਕਰਵਾਉਣ ਆਏ ਹਾਂ। ਅਤੇ ਇਹਨਾਂ ਨੇ ਸਾਨੂੰ ਇੰਨਾ ਜ਼ਿਆਦਾ ਹੈਰਾਨ ਕੀਤਾ, ਤੁਹਾਡੇ ਸਾਹਮਣੇ 1 ਵਜੇ ਦੇ ਅਸੀਂ ਆਏ ਹਾਂ ਅਤੇ 4 ਵਜਣ ਵਾਲੇ ਨੇ, ਪਰ ਅਜੇ ਤੱਕ ਇਹ ਸਾਨੂੰ ਕੋਈ ਰਾਹ ਨਹੀਂ ਦੇ ਰਹੇ ਜੀ। ਅਸੀਂ ਇੱਥੇ 1 ਵਜੇ ਆ ਗਏ ਸੀ, ਉਹ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਇੰਨੇ ਖੱਜਲ ਖਾਰ ਹੋ ਰਹੇ ਹਾਂ, ਕਦੀ ਸਾਨੂੰ ਕਿਸੇ ਕਾਊਂਟਰ 'ਤੇ ਭੇਜਦੇ ਹਾਂ, ਕਦੀ ਕਹਿੰਦੇ ਹਾਂ ਪੈਸੇ ਇਹ ਵੱਡੇ ਨੋਟ ਲੈ ਕੇ ਉਹ ਛੋਟੇ ਮਸ਼ੀਨ 'ਚ ਨਹੀਂ ਪੈਂਦੇ। ਅਸੀਂ ਉਸ ਕਾਊਂਟਰ 'ਤੇ ਗਏ ਤਾਂ ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਜੀ, ਅਸੀਂ ਵਿਹਲੇ ਹੀ ਨਹੀਂ ਹੈਗੇ।